ਹੈਲੋ ਜੀ, ਕਿਵੇਂ ਹੋ ਸਾਰੇ ਜਾਣੇ? ਅਸੀਂ ਹੋ ਗਏ ਸੀਗੇ ਰੈਡੀ ਅੱਜ, ਤੇ ਸਵੇਰ ਦਾ ਟਾਈਮ ਹੈਗਾ ਤੇ ਅਸੀਂ ਵੀ ਅੱਜ ਚੱਲੇ ਸੀਗੇ। ਇੰਜੈਕਸ਼ਨ ਲੱਗਣਾ ਸੀਗਾ ਮੇਰੇ ਹੌਸਪੀਟਲ ਮਾਨਸਾ ਅੱਜ, ਤੇ ਪਿਛਲੀ ਵਾਰ ਵੀ ਲੱਗਿਆ ਸੀਗਾ ਹਨਾ, ਡੇਢ ਮਹੀਨਾ ਹੋ ਗਿਆ। ਹਾਂ, ਡੇਢ ਮਹੀਨਾ ਹੋ ਗਿਆ, ਸੋ ਕੰਡ ਜੀ ਬਣ ਗਈ। ਹੋਰ ਕਿੰਨੇ ਦਿਨ ਹੀ ਮੈਨੂੰ ਨਾ ਇੱਥੇ ਮੋਢੇ 'ਚ ਗੱਡ ਬਣੀ ਰਹੀ। ਹਾਂ, ਫਿਰ ਮੁੜ ਕੇ ਕਦੇ ਦੇਸੀ ਘਿਓ ਮਲਿਆ ਕਰੀ ਉੱਥੇ, ਕਦੇ ਬਰਫ਼ ਮਲਿਆ ਕਰੀਏ, ਮਤਲਬ 5-6 ਦਿਨ ਤਾਂ ਮੈਨੂੰ ਪੂਰੇ ਤੰਗ ਕੀਤਾ। ਹੁਣ ਅੱਜ ਫੇਰ ਲੱਗਣਾ ਹੈਗਾ, ਮੈਨੂੰ ਤਾਂ ਬੜਾ ਡਰ ਲੱਗਦਾ, ਪਰ ਚੱਲ ਆਇਆ ਹੁਣ ਲੱਗ ਕੇ ਨਾ ਫਿਰ ਦੁਬਾਰਾ ਨਹੀਂ ਲੱਗਣਾ ਹੈਗਾ। ਇਹ ਜ਼ਰੂਰੀ ਹੁੰਦੇ ਵੈਸੇ ਇਹ ਲਗਾਉਣੇ। ਹਾਂ, ਧੁੱਪ ਆ ਗਈ, ਹੁਣ ਧੁੱਪ ਚੜ ਗਈ, ਦੇਖ ਧੁੱਪ ਦੇ ਵਿੱਚ ਮੇਰਾ ਚਿਹਰਾ ਵੀ ਗਲੋ ਕਰ ਰਿਹਾ, ਗਲੋ ਤਾਂ ਆ ਗਿਆ ਮੇਰੇ ਚਿਹਰੇ ਤੇ ਨਾ ਜੀ, ਨਾ ਫਰਕ ਤਾਂ ਪੈ ਜਾਂਦਾ, ਫਰਕ ਪੈ ਜਾਂਦਾ ਨਾ। ਬਾਕੀ ਬਸ ਅਸੀਂ ਹੁਣ ਚੱਲੇ ਆ ਪੁੱਛੋ ਜਾ ਕੇ ਮੰਮੀ ਨੂੰ, ਦੇਖਦੇ ਆ ਮੰਮੀ ਤਿਆਰ ਹੋਏਗੀ ਕਿ ਨਹੀਂ। ਹੋਰ ਮੰਮੀ ਨਾਲ ਅਸੀਂ ਕਿਹਾ ਸੀ ਮੰਮੀ ਨੂੰ ਵੀ ਮੰਮੀ ਤੁਸੀਂ ਨਾ ਸਵੇਰੇ ਸਹੀ 8 ਵਜੇ ਨਾ ਤਿਆਰ ਰਹੋ, ਤੇ ਅਸੀਂ ਹੁਣ ਇੱਥੇ 7:30 ਵਜੇ ਤੁਰ ਪਏ। ਮੰਮੀ ਨੂੰ ਪੁੱਛਿਆ ਮੰਮੀ ਕੀ ਕਰੀ ਜਾਂਦੇ, ਬਸ ਕਹਿੰਦੀ ਮੇਰੇ ਤਾਂ ਦੋ ਪਰੌਂਠੇ ਰਹਿ ਗਏ, ਕਹਿੰਦੀ ਬਸ ਤੇਰੇ ਡੈਡੀ ਨੂੰ ਤੋਰ ਦੀਆਂ, ਕਹਿੰਦੀ ਹੁਣ ਕਹਿੰਦੀ, ਤੇ ਮੰਮੀ ਫਿਰ ਉਹੀ ਗੱਲ ਕਰ ਦਿੰਦੀ ਆ। ਤੇ ਬਾਕੀ ਚਲ ਮੰਮੀ ਨੂੰ ਕਹਿੰਦੇ ਮੰਮੀ ਹੋ ਜਲਦੀ ਜਲਦੀ ਤਿਆਰ ਕਰਾਂ। ਤੇ ਤਾਂ ਰੱਬ ਬਦਲਵਾਈ ਜੀ ਕਰ ਲੈਂਦਾ, ਕਿਤੇ ਧੁੱਪ ਕੱਢ ਲੈਂਦਾ ਹਰਜੀਤ, ਰੱਬ ਦੇ ਸੱਚੀ ਰੰਗਾਂ ਦਾ ਕੁਛ ਨਹੀਂ ਪਤਾ। ਦੇਖੋ ਹਰਜੀਤ, ਇੱਥੇ ਨਾ ਪੇਪਰ ਹੁੰਦਾ ਸਾਡੇ, ਦੇਖੋ ਕਿੰਨੇ ਸਟੂਡੈਂਟ ਆਉਂਦੇ ਨੇ ਇੱਥੇ, ਮਤਲਬ ਪੰਜਾਬ ਹਰਿਆਣੇ ਦੇ ਰਾਜਸਥਾਨ ਦੇ ਬਹੁਤ ਸਟੂਡੈਂਟ ਆਉਂਦੇ ਨੇ। ਉੱਥੇ ਹੁੰਦਾ ਸਾਹਮਣੇ ਉਹ ਜਿਹੜੀ ਬਿਲਡਿੰਗ ਆ ਨਾ, PCS ਲਿਖਿਆ ਹੋਇਆ, ਦੇਖੋ ਕਿੰਨਾ ਇਕੱਠ ਹੁੰਦਾ। ਦੇਖੋ ਹੈ, ਹਰ ਰੋਜ਼ ਪੇਪਰ ਹੁੰਦਾ, ਹਰ ਰੋਜ਼ ਵਾਂਗੂ ਪੇਪਰ ਹੁੰਦਾ ਬਸ ਇੱਥੇ, ਦੇਖੋ ਕਿੰਨਾ ਇਕੱਠ। ਹੁਣ ਤਾਂ ਪੁਲਿਸ ਦੇ ਪੇਪਰ ਚੱਲੀ ਜਾਂਦੇ ਨਾ, ਹੁਣ ਪੁਲਿਸ ਦੇ ਪੇਪਰ ਚੱਲੀ ਜਾਂਦੇ ਨੇ, ਹਾਂ ਉਹਦਾ ਕਰਕੇ ਜ਼ਿਆਦਾ ਹੁੰਦਾ ਗਾ। ਬਾਕੀ ਇੱਥੇ ਹੁਣ ਕਹਾਵ ਦੇਖੋ, ਆਹ ਬਣਿਆ ਹੋਇਆ ਨਾ ਫੈਕਟਰੀ ਆਊਟਲੈਟ ਵਗੈਰਾ, ਸਾਰਾ ਕੁਝ ਖੁੱਲ ਗਿਆ ਨਾ। ਹਾਂ, ਉੱਪਰ ਖੁੱਲਿਆ, ਆਪਾਂ ਵੀ ਚੱਲਾਂਗੇ ਕਰੀਏ, ਗੇਮਿੰਗ ਜ਼ੋਨ ਉਹ ਸਾਹਮਣੇ ਉਹ ਸੀ, ਹਾਂ ਉਹ ਸਾਹਮਣੇ ਖੁੱਲਿਆ ਹੋਇਆ, ਉਹ ਸਾਹਮਣੇ। ਹਾਂ ਦੇਖੋ, ਇਹ ਤੇਰਾ ਪਿੰਡ ਹੈ? ਯੈਸ, ਇਹ ਮੇਰਾ ਪਿੰਡ ਹੈ ਜੀ। ਦੇਖੋ ਟਿਮ ਹਾਰਟਨ ਵੀ ਖੁੱਲਿਆ ਹੋਇਆ ਮੇਰੇ ਪਿੰਡ, ਦੇਖੋ ਟਿਮ ਹਾਰਟਨ। ਗਾਲ ਘੁੱਟਾ ਜਾਊ ਤੇਰਾ। ਮੰਮੀ ਨੂੰ ਅਸੀਂ ਪਿੱਕ ਕਰ ਲਿਆ ਤੇ ਹੁਣ ਅਸੀਂ ਚੱਲੇ ਆ ਪਹਿਲਾਂ ਮੂਸੇ, ਫਿਰ ਮੰਮੀ ਅਸੀਂ ਤਾਂ ਨਾ ਬਾਹਰ 'ਚ ਹੀ ਮੁੜ ਜਾਵਾਂਗੇ। ਤੈਨੂੰ ਬਾਹਰ 'ਚ ਉਤਾਰ ਕੇ ਇੱਕ ਵਾਰ, ਨਹੀਂ ਇੱਕ ਇੱਕ ਗੱਲ ਸੁਣ ਲੈ, ਪਹਿਲਾਂ ਤੈਨੂੰ ਬਾਹਰ 'ਚ ਉਤਾਰ ਕੇ ਫਿਰ ਆਉਂਦੇ ਹੋਏ ਆਵਾਂਗੇ ਨਾ, ਉਦੋਂ ਘੰਟਾ ਰੁਕ ਜਾਵਾਂਗੇ। ਚਾਹ ਪਾਣ ਦਾ ਪੀ ਜਾਓ। ਨਹੀਂ ਨਹੀਂ ਮੰਮੀ, ਫਿਰ ਟਾਈਮ ਨਹੀਂ ਹੈਗਾ ਨਾ, ਫਿਰ ਅੱਗੇ ਤੈਨੂੰ ਪਤਾ ਸੀ 2-3 ਥਾਂ ਤੇ ਜਾਣਾ, ਫਿਰ ਗੁੱਸੇ ਵਾਲੀ ਕੋਈ ਗੱਲ ਨਹੀਂ, ਆਉਂਦੇ ਹੋਏ ਰੁਕਾਂਗੇ ਨਾ। ਹਾਂ, ਪਹਿਲਾਂ ਬਸ ਤੈਨੂੰ ਉਤਾਰ ਕੇ ਬਸ ਅਸੀਂ ਨਾਲ ਦੇ ਨਾਲ ਨਿਕਲ ਜਾਵਾਂਗੇ। ਆਪ ਮਾਮੇ ਵਰਗੇ ਮੁੜ ਗਏ ਇੱਥੋਂ ਆ ਕੇ? ਹਾਂ, ਮਾਮੇ ਵਰਗੇ ਇੱਥੋਂ ਆ ਕੇ ਮੁੜ ਗਏ। ਮੈਂ ਨਾ ਫੋਨ ਕੀਤਾ ਸੀ, ਤੈਨੂੰ ਤਾਂ ਗੁੱਸਾ ਕੀਤਾ ਨਹੀਂ, ਮਾਮੇ ਨੇ ਉੱਤੇ ਫੋਨ ਕੀਤਾ ਸੀ ਜਿੱਤੇ ਮਾਨਸਾ ਸੀ, ਉੱਤੇ ਅਸੀਂ ਆਵਾਂਗੇ ਤੈਨੂੰ ਫੋਨ ਕਰਾਂਗੇ। ਹਾਂ, ਤੇਰੇ ਮਾਸੜ ਦਾ ਪੇਪਰ ਸੀਗਾ। ਹਾਂ, ਜਦੋਂ ਅਸੀਂ ਆਹ ਮੋੜ ਤੋਂ ਮੁੜ ਜਾਂਦੇ ਆ ਜੀ, ਬਾਹਰ ਦੇ ਵਿੱਚ ਕਲੀ ਕੀਤੀ ਹੁੰਦੀ ਸੀਗੀ। ਅੱਛਾ, ਹਾਂ, ਮਤਲਬ ਪੀਲੇ ਰੰਗ ਦੀ, ਤਾਂ ਉਦੋਂ ਮੈਨੂੰ ਲੱਗਦਾ ਹੁਣ ਤਾਂ ਦੂਰੋਂ ਦੇਖਦਾ ਹੀ ਹੈਗਾ ਵੀ ਉਹ ਨਾਨਕਿਆਂ ਦਾ ਘਰ ਆ ਗਿਆ। ਕਿੰਨੇ ਸਾਲਾਂ ਦੀ ਹੁੰਦੀ? ਛੋਟੀ ਹੁੰਦੀ ਸੀ, ਸਕੂਟਰ ਤੇ ਆਉਂਦੇ ਹੁੰਦੇ ਸੀ, 3-4 ਸਾਲ ਦੀ ਹੁੰਦੀ, ਮੂਹਰੇ ਖੜੀ ਹੁੰਦੀ ਸਕੂਟਰ ਤੇ, ਉਹ ਬੈਠਾ ਨਾਨੂ ਸਿੰਘ। ਮੰਮੀ ਨੂੰ ਆਪਾਂ ਛੱਡਤਾ ਘਰੇ ਤੇ ਹੁਣ ਅਸੀਂ ਚੱਲੇ ਆਂਗੇ ਅੱਗੇ, ਸਾਨੂੰ ਥੋੜਾ ਜਿਹਾ ਕੰਮ ਆਗਾ ਬਸ, ਅੱਗੇ ਅਸੀਂ ਹੁਣ 2 ਘੰਟੇ ਤੱਕ ਵਿਹਲੇ ਹੋ ਕੇ ਆ ਜਾਵਾਂਗੇ। ਲਵਾਉਣਾ ਸੀ ਇੰਜੈਕਸ਼ਨ ਕਿਹਦਾ ਲਵਾ ਕੇ ਜਾਵਾਂਗੇ? ਸਹੀ ਕਿਹਦੀ ਰੋਣ ਆਉਂਦਾ, ਹੋਰ ਸੱਚੀ ਪੀੜ ਹੁੰਦੀ, ਹੋਰ ਮੋਢੇ ਹੱਡੀ ਕਿ ਤੰਗ ਕਰਦਾ ਨਾ ਯਾਰ, ਮੋਢੇ ਹੱਡੀ
ਹਰਜੀਤ ਤੰਗ ਕਰਦਾ, ਤਾਂ ਉਹਦੇ ਮਿੰਟ ਚ ਦੀ ਮਾਰਿਆ ਹਰਜੀਤ ਮੇਰੇ ਐਂ ਕਰਕੇ। ਹਾਂ ਸਿੱਧੂ ਦੀ ਆ ਗਈ ਹਵੇਲੀ। ਹਾਂ ਸਿੱਧੂ ਦੀ ਹਵੇਲੀ ਜੀ, ਦੇਖ ਰਹੇ ਕਿੰਨਾ ਕੱਟ ਹੋਊਗਾ। ਹਾਂਜੀ ਕਿਵੇਂ ਆ ਸੁੱਖ ਦੇ? ਇੰਜੈਕਸ਼ਨ ਲੱਗ ਗਿਆ ਮੋਢੇ ਦੇ ਵਿੱਚ। ਦੇਖੀ ਇਹ ਤਾਂ ਤਰਸ ਵੀ ਨੀ ਮੰਨਦੇ, ਸਿੱਧੀ ਐਂ ਕਢੋ ਦਿੰਦੇ ਨੇ ਸੂਈ ਚੱਕ ਕੇ। ਜਵਾਕ ਦੇ ਉਹਦੇ ਜਦੋਂ ਮੋਢੇ ਚ ਲੱਗਿਆ ਉਹ ਰੋਇਆ ਨੀ, ਫਿਰ ਉਹਦੇ ਪੱਟਾਂ ਚ ਲਾਏ ਦੋ, ਹਾਏ ਮੇਰੇ ਤਰ੍ਹਾਂ ਨਿਕਲਿਆ ਦੇਖ ਕੇ, ਬਾਹਰ ਤਰਸ ਆਇਆ ਮੈਨੂੰ ਤਾਂ ਹੈ। ਨਿਕਲਿਆ ਬੇਚਾਰਾ ਗਿਫਟ ਜਾ, ਤੇ ਉਹਦੇ ਤਿੰਨ ਇੰਜੈਕਸ਼ਨ ਲਾਏ। ਹੁਣ ਤਿੰਨ ਤਿੰਨ ਇੰਜੈਕਸ਼ਨ ਕਾਹਤੇ ਲਾਉਂਦੇ? ਪਹਿਲਾਂ ਤਾਂ ਇੱਕ ਅੱਧਾ ਲਾਉਂਦੇ ਹੁੰਦੇ ਸੀ, ਹੌਲੀ ਹੌਲੀ ਕਰਕੇ ਲਾਉਂਦੇ ਆ। ਪਹਿਲਾਂ ਵੀ ਮੈਂ ਸ਼ਮੀਰ ਦੇ ਲਵਾ ਕੇ ਲੈ ਕੇ ਆਉਂਦਾ ਜਦੋਂ, ਹਾਂ ਇੰਨੀ ਲੱਗਦੀ ਹੁੰਦੀ ਜਦੋਂ ਤਿੰਨ ਇੰਜੈਕਸ਼ਨ ਇਕੱਠੇ। ਮੇਰੇ ਤਾਂ ਇੱਕ ਲਾਇਆ ਮੋਢੇ ਚ, ਉਹਨੇ ਐਂ ਕਰਕੇ ਸਿੱਧਾ ਆਈ ਆਈ, ਉਹਨੂੰ ਬੁਖਾਰ ਵੀ ਚੜਨਾ, ਫਿਰ ਉਹਨੂੰ ਦਿੱਤੀ ਹੋਣੀ ਆ ਪੈਰਾਸੀਟਾਮੋਲ ਦੀ। ਹਾਂ ਸ਼ੀਸ਼ੀ ਦਿੱਤੀ ਦਿੱਤੀ ਮੰਮੀ ਨੂੰ ਜਦੋਂ ਅਸੀਂ ਮੂਸੇ ਡਰੌਪ ਕਰਤਾ ਸੀਗਾ, ਉਸ ਤੋਂ ਬਾਅਦ ਦੇ ਵਿੱਚ ਅਸੀਂ ਚਲੇ ਗਏ ਸੀਗੇ ਸਿੰਮੀ ਦੀਦੀ ਕੋਲੇ, ਤੇ ਦੀਦੀ ਦਾ ਸੰਧਾਰਾ ਦੇਣ ਗਏ ਸੀਗੇ, ਤੇ ਇੱਥੇ ਸਾਨੂੰ ਕੁਝ ਕੁ ਜਾਣੇ ਕਹਿ ਰਹੇ ਸੀਗੇ ਵੀ ਤੁਸੀਂ ਦੀਦੀ ਕੋਲੇ ਸਮਾਨ ਘੱਟ ਲੈ ਗਏ। ਦੀਦੀ ਨੇ ਸਾਨੂੰ ਪਹਿਲਾਂ ਹੀ ਥੋੜ੍ਹਾ ਜਿਹਾ ਮਨਾ ਕਰਤਾ ਸੀ, ਦੀਦੀ ਕਹਿੰਦੇ ਮੈਂ ਕਢਵਾ ਰੱਖੇ ਆ ਬਿਸਕੁਟ, ਅਤੇ ਤਾਂ ਕਰਕੇ ਥੋੜ੍ਹੇ ਲੈ ਕੇ ਆਇਓ। ਬਾਕੀ ਦੀਦੀ ਨੇ ਸਾਡਾ ਬਹੁਤ ਜ਼ਿਆਦਾ ਚਾਅ ਮਨਾਇਆ ਦੋਨਾਂ ਜਣਿਆਂ ਦਾ, ਗਿਆ ਦਾ ਵੀ ਮੇਰੇ ਭਰਾ ਭਰਜਾਈ ਆਏ ਨੇਗੇ ਛੋਟੇ, ਦੀਦੀ ਹੋਰ ਸਾਡੇ ਤੋਂ ਵੱਡੇ ਨੇਗੇ, ਅਤੇ ਉਸ ਤੋਂ ਬਾਅਦ ਵਿੱਚ ਦੀਦੀ ਬਹੁਤ ਜ਼ਿਆਦਾ ਖੁਸ਼ ਹੋਏ। ਫਿਰ ਅਸੀਂ ਚਾਹ ਪਾਣੀ ਪੀਤਾ ਉੱਥੇ ਦੀਦੀ ਕੋਲ ਬੈਠ ਕੇ, ਅਤੇ ਫਿਰ ਅਸੀਂ ਜਾਣਾ ਸੀਗਾ ਇੰਜੈਕਸ਼ਨ ਲਗਾਉਣ ਵਾਸਤੇ। ਬਸ ਦੀਦੀ ਗੱਲਾਂ ਕਰੀਏ, ਇੱਥੇ ਦੀਦੀ ਮੈਨੂੰ ਜੱਫੀ ਪਾ ਕੇ ਮਿਲ ਰਹੇ ਸੀਗੇ, ਬਹੁਤ ਜ਼ਿਆਦਾ ਖੁਸ਼ ਹੋਏ ਦੀਦੀ ਤੋਂ, ਤਾਂ ਬਸ ਚਾਹ ਹੀ ਨਹੀਂ ਸੀ ਚੱਕਿਆ ਜਾ ਰਿਹਾ ਅੱਜ। ਹੁਣ ਕੋਲੇ ਕੱਲ ਜਾਇਆ ਸੀ ਸਿੰਮੀ ਕੋਲੇ, ਅਸੀਂ ਹੁਣ ਜਾਏ ਆਉਂਦੇ ਹੋਏ ਯਾਦ ਕਰਦੇ ਸੀ, ਆਪਣੇ ਵੀ ਲੱਗੀਆਂ ਹੋਈਆਂ ਨੇ ਬਾਹਰ, ਆਪਣੇ ਵੀ ਘਰ ਲੱਗੀਆਂ ਹੋਈਆਂ ਨੇ ਤੋੜ ਲਈ, ਆਪਣੇ ਵੀ ਬਾਹਰ ਜੇ ਤੌਲੀਆਂ ਲੱਗੀਆਂ ਨੇ ਪੀਲੇ ਫੁੱਲ, ਬਸ ਉਹ ਲੱਗਦੇ ਨੇ। ਸਾਡੀ ਮੰਮੀ ਦਾ ਸੁਧਾਰਾ ਮਾਮਾ ਤਾਂ ਲੈ ਕੇ ਆਉਂਦੇ ਨੇ ਨਾ, ਤੇ ਫਿਰ ਅਸੀਂ ਬਾਹਰ ਰਹਿੰਦੇ ਹਾਂ, ਫਿਰ ਲਿਆਉਣ ਦਾ ਹੱਕ ਬਣਦਾ। ਸਹੀ ਗੱਲ ਹੈ, ਸਹੀ ਗੱਲ ਹੈ ਹਨਾ, ਫਿਰ ਮਸਾ ਤਾਂ ਗੇੜਾ ਵੱਜਣਾ ਹੁੰਦਾ, ਗੇੜਾ ਵੱਜਣਾ ਹੁੰਦਾ ਦੋ ਮਹੀਨੇ ਬਾਅਦ ਕਦੇ ਇੱਕ ਦਿਨ। ਚਲੋ ਨਿੰਬੂ ਆਹ ਨਿੰਬੂ ਹੈ ਨਾ, ਆਹ ਤਾਂ ਹੋਆ ਮਸੰਮੀ ਆ, ਨਿੰਬੂ ਤਾਂ ਹੋ ਸੇ ਹਰੇ ਹਰੇ ਨੇ ਹਲੇ ਹਰੇ ਵਾਲੇ ਆ, ਹੂੰ ਤਾਂ ਹੋ ਨਹੀਂ ਹੋਏ, ਦੇਖੀ ਅਮਰੂਦਾਂ ਦਾ ਬੂਟਾ ਵੀ ਕਿੱਡਾ ਹੋ ਗਿਆ ਹੈ ਨਾ, ਚੀਕੂ ਲੱਗੇ ਲੱਗਣ ਲੱਗਣਗੇ, ਅਗਲੀ ਵਾਰ ਲੱਗਣ ਲੱਗ ਜਾਣਗੇ ਚੀਕੂ। ਅੱਛਾ ਹੋ ਸੀ ਉੱਥੇ ਲਿਆਂਦੇ ਲਾਲ ਲਾਲ ਤੋੜ ਕੇ ਮਿਰਚਾਂ। ਚੱਲ ਨਾਨੇ ਨੂੰ ਕਿ ਬਾਏ ਬਾਏ, ਹਾਲਤ ਬਹੁਤ ਬੁਰੀ ਹੋ ਗਈ ਅੱਜ ਤਾਂ, ਕਿਉਂਕਿ ਸਫ਼ਰ ਬਹੁਤ ਜ਼ਿਆਦਾ ਲੰਬਾ ਹੋ ਗਿਆ ਸੀਗਾ,
80 ਕਿਲੋਮੀਟਰ ਦਾ ਹੈਗਾ ਤਾਂ ਮਾਨਸਾ ਹਰ ਜੀ ਤਾਂ ਆਪਾਂ ਨੂੰ ਹਾਂ ਹਨਾ 70-75 ਤਾਂ ਹੈਗਾ ਹੀ ਆ ਹੈਗਾ ਹੀ ਹਾਂ ਫਿਰ ਉੱਥੋਂ ਵਾਪਸ ਆਏ ਫਿਰ ਆਪਾਂ ਪਿੰਡ ਵੀ ਗਏ ਆ ਮਤਲਬ ਕਾਫੀ ਹੋ ਹੀ ਗਿਆ ਉਹ 200 ਤੁਰੇ ਜੇ ਫਿਰਦੇ ਯਾਨੀ ਕਿ ਸਵੇਰ ਦੇ ਹਾਂ ਸਵੇਰ ਦੇ ਤੁਰੇ ਫਿਰਦੇ ਆਂਗੇ ਹਨਾ ਸ਼ਕਲ ਦੇਖ ਕੇ ਪਤਾ ਲੱਗੀ ਜਾਂਦਾ ਹੋਊਗਾ ਵੀ ਅੱਜ ਸਾਡਾ ਹਾਲ ਸੱਚੀ ਬਹੁਤ ਜ਼ਿਆਦਾ ਖਰਾਬ ਹੋ ਗਈ ਬਸ ਹੁਣ ਪਹਿਲਾਂ ਮੰਮੀ ਨੂੰ ਪੁੱਛੋ ਛੱਡ ਕੇ ਆਏ ਅਸੀਂ ਤੇ ਉਸ ਤੋਂ ਬਾਅਦ ਦੇ ਵਿੱਚ ਬਸ ਮੰਮੀ ਨੂੰ ਕਹਿਤਾ ਸੀਗਾ ਵੀ ਰੋਟੀ ਸਬਜ਼ੀ ਦਾ ਵੀ ਉਹ ਕਰ ਲਿਓ ਤੇ ਮੰਨੂ ਨੇ ਰੋਟੀ ਬਣਾ ਸਬਜ਼ੀ ਬਣਾ ਕੇ ਰੱਖਤੀ ਸੀ ਅਸੀਂ ਤਾਂ ਰੋਟੀ ਆਪਦੀ ਪੈਕ ਕਰਵਾ ਲਿਆ ਨਾਲ ਅਸੀਂ ਆਖਿਆ ਘਰੇ ਜਾ ਕੇ ਆਰਾਮ ਨਾਲ ਫਰੈਸ਼ ਹੋ ਕੇ ਫੇਰ ਖਾਵਾਂਗੇ ਰੋਟੀ ਤੇ ਟਾਈਮ ਵੀ ਹੋ ਚੁੱਕਿਆ 7 ਵੱਜ ਗਏ ਸਵੇਰੇ 7:30 ਵਜੇ ਚੱਲੇ ਹੋਏ 12 ਘੰਟੇ ਹੋ ਗਏ